ਬੱਚਿਓ ਹੁਣ ਇੱਕ ਗੁਬਾਰਾ ਲਓ ਅਤੇ ਉਸ ਨੂੰ ਉਸ ਦੇ ਪੂਰੇ ਆਕਾਰ ਵਿੱਚ ਫੁਲਾਓ ਅਤੇ ਉਸ ਦੇ ਮੂੰਹ ਨੂੰ ਪਤਲੇ ਧਾਗੇ ਨਾਲ ਕੱਸ ਕੇ ਬੰਨੋ ਗੁਬਾਰੇ ਵਿੱਚ ਆਪਣੀ ਨੁਕੀਲੀ ਪੈਨਸਲ ਨਾਲ ਚੇਕ ਕਰੋ ਗੁਬਾਰਾ ਫਟ ਜਾਂਦਾ ਹੈ ਆਓ ਇੱਕ ਹੋਰ ਕਿਰਿਆ ਕਰੀਏ ਇੱਕ ਕਾਗਜ਼ ਦਾ ਟੁਕੜਾ ਲਓ ਅਤੇ ਉਸ ਦੇ ਉੱਪਰ ਇੱਕ ਹਵਾਈ ਜਹਾਜ਼ ਦਾ ਰੇਖਾ ਚਿੱਤਰ ਬਣਾਓ ਉਸ ਨੂੰ ਬਾਹਰੀ ਰੇਖਾ ਦੇ ਨਾਲ-ਨਾਲ ਕੱਟ ਦਿਓ ਗੁੰਨੇ ਹੋਏ ਆٹے ਦੇ ਪੇੜੇ ਤੋਂ ਰੋਟੀ ਵੇਲ ਕੇ ਰੋਟੀ ਨੂੰ ਤਵੇ ਤੇ ਸੇਕ ਲਵੋ ਬੱਚਿਓ ਕੀ ਹੁਣ ਇਹ ਤਿੰਨੋਂ ਕਿਰਿਆਵਾਂ ਵਿੱਚ ਹੋਏ ਪਰਿਵਰਤਨ ਬਰਤ ਸਕਦੇ ਹਨ ਭਾਵੇਂ ਸਾਨੂੰ ਗੁਬਾਰਾ ਪਹਿਲਾਂ ਦੀ ਤਰ੍ਹਾਂ ਨਹੀਂ ਫੁੱਲਿਆ ਮਿਲ ਸਕਦਾ ਹਵਾਈ ਜਹਾਜ਼ ਜਿਸ ਕਾਗਜ਼ ਦੇ ਟੁਕੜੇ ਤੋਂ ਬਣਿਆ ਹੈ ਉਸ ਕਾਗਜ਼ ਦੇ ਟੁਕੜੇ ਵਿੱਚ ਸਦਾ ਲਈ ਪਰਿਵਰਤਨ ਹੋ ਗਿਆ ਹੈ ਅਤੇ ਸੇਕੀ ਹੋਈ ਰੋਟੀ ਤੋਂ ਆਟੇ ਦਾ ਪੇੜਾ ਨਹੀਂ ਬਣ ਸਕਦਾ ਇਸੇ ਤਰ੍ਹਾਂ ਜਦੋਂ ਤੁਸੀਂ ਪੈਨਸਿਲ ਅਤੇ ਰਬੜ ਦਾ ਉਪਯੋਗ ਕਰਦੇ ਹੋ ਇਹਨਾਂ ਦੇ ਵਾਰ-ਵਾਰ ਉਪਯੋਗ ਕਰਨ ਨਾਲ ਦੋਵਾਂ ਦੇ ਆਕਾਰ ਅਤੇ ਸ਼ਕਲ ਵਿੱਚ ਪਰਿਵਰਤਨ ਹੋ ਜਾਂਦਾ ਹੈ ਜਿਸ ਨੂੰ ਅਸੀਂ ਪਰਤ ਨਹੀਂ ਸਕਦੇ ਸੋ ਬੱਚਿਓ ਉਹ ਸਾਰੇ ਪਰਿਵਰਤਨ ਜਿਨ੍ਹਾਂ ਨੂੰ ਮੁੜ ਪਹਿਲੀ ਸਥਿਤੀ ਵਿੱਚ ਨਹੀਂ ਲਿਆਂਦਾ ਜਾ ਸਕਦਾ ਇਹਨਾਂ ਨੂੰ ਅਪਰਤਮੇ ਪਰਿਵਰਤਨ ਕਿਹਾ ਜਾਂਦਾ ਹੈ